ਹਰ ਰੋਜ਼ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਵਿਦੇਸ਼ਾਂ ਨੂੰ ਪ੍ਰਵਾਸ ਹੋ ਰਿਹਾ ਹੈ। ਹਰ ਰੋਜ਼ ਅਨੇਕਾਂ ਨੌਜਵਾਨ ਮੁੰਡੇ ਕੁੜੀਆਂ ਅੰਮ੍ਰਿਤਸਰ ਸਾਹਿਬ ਤੋਂ ਅਤੇ ਦਿੱਲੀ ਤੋਂ ਪ੍ਰਵਾਸ ਕਰਦੇ ਨੇ, ਉਡਾਰੀ ਭਰਦੇ ਨੇ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਦੇ ਲਈ ਉਡਾਰੀ ਭਰਦੇ ਨੇ ਅਤੇ ਉੱਥੋਂ ਅੱਗੇ ਦੇ ਲਈ ਆਪਣੇ ਸਫ਼ਰ ਦੇ ਲਈ ਅੱਗੇ ਵਧਦੇ ਨੇ। ਦੱਸਦੀ ਹੈ ਕਿ ਕੋਈ ਖੁਸ਼ੀ ਦੇ ਲਈ ਆਪਣੇ ਦੇਸ਼ ਨੂੰ ਛੱਡ ਕੇ ਆਪਣੇ ਪਰਿਵਾਰ ਨੂੰ ਛੱਡ ਕੇ ਆਪਣੇ ਉਸ ਪਿੰਡ ਨੂੰ ਛੱਡ ਕੇ ਜਿੱਥੇ ਉਸਦਾ ਜੀਵਨ ਉਸਦਾ ਬਚਪਨ ਬੀਤਿਆ ਹੋਵੇ ਖੁਸ਼ੀ-ਖੁਸ਼ੀ ਕੋਈ ਨਹੀਂ ਜਾਣਾ ਚਾਹੁੰਦਾ ਪਰ ਸਰਕਾਰਾਂ ਦੀਆਂ ਨਲਾਇਕੀਆਂ ਹੁਣ ਤੱਕ ਬੇਰੋਜ਼ਗਾਰੀ ਅਤੇ ਹੋਰ ਅਜਿਹੇ ਆਲਮਤਾਂ ਜਿੰਨਾ ਕਰਕੇ ਕਿ ਪਰਿਵਾਰ ਵੀ ਹੁਣ ਚਾਉਣ ਲੱਗੇ ਹਨ ਕਿ ਉਹਨਾਂ ਦੇ ਬੱਚੇ ਇਸ ਸੰਗਤ ਤੋਂ ਦੂਰ ਵਿਦੇਸ਼ਾਂ ਦੀ ਧਰਤੀ ਤੇ ਚਲੇ ਜਾਣ ਅਤੇ ਉੱਥੇ ਹੀ ਰੋਜ਼ਗਾਰ ਦੇ ਲਈ ਵੀ ਵੱਡੀ ਗਿਣਤੀ ਦੇ ਵਿੱਚ ਹਰ ਰੋਜ਼ अनेका ਨੌਜਵਾਨ ਮੁੰਡੇ ਕੁੜੀਆਂ ਉਪਦੇਸ਼ਾਂ ਨੂੰ ਜਾਂਦੇ ਹਨ ਅਜਿਹੀਆਂ ਬਹੁਤ ਸਾਰੀਆਂ ਵੀਡੀਓਜ਼ ਤੁਸੀਂ ਵੀ ਹਰ ਰੋਜ਼ ਦੇਖਦੇ ਹੀ ਰਹਿੰਦੇ ਹੋ ਜੋ ਕਿ ਕਿਤਨਾ ਕਿਤੇ ਸੋਚਣ ਦੇ ਲਈ ਵੀ ਮਜਬੂਰ ਕਰਦੀਆਂ ਨੇ ਅਤੇ ਕਿਤਨਾ ਕਿਤੇ ਹਰ ਇੱਕ ਨੂੰ ਭਾਵੁਕ ਵੀ ਕਰ ਦਿੰਦੀਆਂ ਨੇ ਜਦੋਂ ਅਜਿਹੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਤੇ ਅਜਿਹੀ ਇੱਕ ਭਾਵੁਕ ਕਰ ਦੇਣ ਵਾਲੀ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਕਿ ਇੱਕ ਸੱਜ ਜੋ ਕਿ ਵਿਦੇਸ਼ ਦੇ ਵਿੱਚ ਰੋਜ਼ਗਾਰ ਦੇ ਲਈ ਜਾ ਰਿਹਾ ਹੁੰਦਾ ਜੋ ਕਿ ਵੀਡੀਓ 에ਅਰਪੋਰਟ ਦੀ ਦਿਖਾਈ ਦੇ ਰਹੀ ਹੈ ਅਤੇ ਇਸੇ 에ਅਰਪੋਰਟ ਤੇ ਉਸ ਦਾ ਛੋਟਾ ਜਿਹਾ ਬੱਚਾ ਉਸਦੇ ਪਿੱਛੇ ਭੱਜ ਕੇ ਆਉਂਦਾ ਅਤੇ ਉਸ ਦੀਆਂ ਲੱਤਾਂ ਨੂੰ ਚਿਮੜ ਜਾਂਦਾ ਹੈ। ਇਹ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਫੈਲ ਰਹੀ ਹੈ ਅਤੇ ਹਰ ਕੋਈ ਇਸ ਵੀਡੀਓ ਬਾਰੇ ਆਪਣੇ ਆਪਣੇ ਵਿਚਾਰ ਦੇ ਰਿਹਾ ਤੇ ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਭਾਵੁਕ ਵੀ ਹੋ ਰਿਹਾ ਹੈ। ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਜਰੂਰ ਆਪਣੇ ਵਿਚਾਰ ਇਸ ਵੀਡੀਓ ਬਾਰੇ ਕਮੈਂਟਾਂ ਦੇ ਵਿੱਚ ਸ਼ੇਅਰ ਕਰਕੇ ਜਾਨਾ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਨੇ ਰਹਿਣਾ ਲਿਮਟਿਡ ਗੈਨ ਦੇ ਨਾਲ ਅਲਿਮਟਿਡ ਗੈਨ ਮੀਡੀਆ ਫੇਸਬੁੱਕ ਪੇਜ ਨੂੰ ਵੀ ਜਰੂਰ ਲਾਈਕ ਫੋਲੋ ਕਰ ਲੈਣਾ ਸੋ ਹੁਣ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ ਮਿਲਾਂਗੇ ਜਲਦ ਧੰਨਵਾਦ